ਦੇ ਦੇਖ ਖੰਭ ਝਾੜਦੇ ਤੇਰੀ ਕੌਮ ਦੇ ਲੀਡਰਾਂ ਨੇ ਬਾਪੂਆ ਦੇ ਦੇਖ ਖੰਭ ਝਾੜਦੇ ਚੱਲਣਾ ਏ ਕੇਸ ਬੜੇ ਸਾਲ ਬਾਪੂਆ ਨੋਟ ਕਰਦੀ ਆ ਰੇ ਹੋਣੇ ਨੇ ਦਿਆਲ ਬਾਪੂਆ ਸੀਬੀਆਈ ਵਾਲੇ ਬੰਦੇ ਥੱਕ ਜਾਣਗੇ ਸਕਿਆ ਨੀ ਜਾਣਾ ਦੋਸ਼ੀ ਭਾਲ ਬਾਪੂਆ ਪੂਰੀ ਡੂੰਘੀਆਂ ਸਿਆਸਤਾਂ ਨੂੰ ਜਾਣਦਾ ਉਹ ਸੱਟ ਡੂੰਘੀਆਂ ਸਿਆਸਤਾਂ ਨੂੰ ਰਹਿਣ ਦੇ ਉਹ ਤੂੰ ਰੱਖਦਾ ਧਿਆਨ ਸੌਣ ਹਾਲ ਤੇਰੀ ਕੌਮ ਦੇ ਲੀਡਰਾਂ ਨੇ ਬਾਪੂਆ ਤੇਰੇ ਪੰਥ ਦੇ ਉਹ ਦੇਖ ਖੰਭ ਝਾੜਦੇ ਤੇਰੀ ਕੌਮ ਦੇ ਲੀਡਰਾਂ ਨੇ ਬਾਪੂਆ ਮੇਰੇ ਪੰਥ ਦੇ ਉਹ ਦੇਖ ਖੰਭ ਝਾੜਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵੀਰ ਬੋਲ ਬਹੁਤ ਵਧੀਆ ਤੁਹਾਨੂੰ ਆਪਣੇ ਦਿਲੋਂ ਦੱਸਿਆ ਸੋ ਇਹਨਾਂ ਵੀਰਾਂ ਨੂੰ ਇਸ ਤੋਂ ਪਹਿਲਾਂ ਕਦੇ ਵੀ ਇਹਨਾਂ ਦਾ ਇਸ ਤਰ੍ਹਾਂ ਨਹੀਂ ਸੀਗਾ ਵੀ ਇਹ ਕਿਸੇ ਦੇ ਖਿਲਾਫ਼ ਬੋਲ ਸਕਦੇ ਨੇ ਆਪਣੀ ਪਾਰਟੀ ਦੇ ਵਿੱਚ ਆ ਕੇ ਇਹਨਾਂ ਛੋਟੇ ਛੋਟੇ ਬੱਚਿਆਂ ਦਾ ਇੰਨਾ ਹੌਸਲਾ ਹੋ ਗਿਆ ਕਿ ਇਹਨਾਂ ਜਾਲਮ ਸਰਕਾਰਾਂ ਦੇ ਖਿਲਾਫ਼ ਜੋ ਕੁਛ ਦੱਸ ਰਹੇ ਨੇ ਤੁਸੀਂ ਸਾਰੇ ਵੀਰ ਬੱਚੇ ਮੇਰੀਆਂ ਮਾਤਾ ਭੈਣਾਂ ਭਰਾ ਸਾਰੇ ਸੁਣ ਰਹੇ ਹੋ ਇਸ ਵਾਰ ਜੋ ਲੜਾਈ ਹੈ ਉਹ ਅਮੀਰ ਤੇ ਜ਼ਮੀਰ ਦੀ ਲੜਾਈ ਹੈ ਆਪਣੇ ਕੋਲ ਜ਼ਮੀਰ ਹੈ ਉਹ ਲੋਕ ਅਮੀਰ ਨੇ ਇਸ ਟਾਈਮ ਸਿਰਫ ਥੋੜਾ ਸਮਝ ਰਹਿ ਗਿਆ ਇੱਕ ਮਹੀਨਾ ਵੀ ਨਹੀਂ ਹੈਗਾ ਸੋ ਸਾਰਿਆਂ ਨੇ ਬੇਨਤੀ ਹੈ ਹੁਣ ਤਾਂ ਆਪਾਂ ਜਿੱਥੇ ਕਿਤੇ ਦੁਕਾਨਾਂ ਤੇ ਜਾਂਦੇ ਹਾਂ ਉੱਥੇ ਸੰਸਥਾ ਵੱਲੋਂ ਵੀ ਆਪਾਂ ਨੂੰ ਇਸ਼ਾਰੇ ਕੀਤੇ ਜਾਂਦੇ ਨੇ ਦੱਸਿਆ ਜਾਂਦਾ ਵੀ ਭਾਈ ਤੁਹਾਡੇ ਨਾਲ ਕੀ ਹੋਇਆ ਵੋਟ ਪਾਉਣ ਦੇ ਸਮੇਂ ਤੁਸੀਂ ਦੇਖ ਕੇ ਵੋਟ ਪਾਉਣੀ ਆ ਸੋ ਅਸੀਂ ਵੀਰੋ ਪਲਾਰੇ ਦਾ ਕੋਈ ਹੈ ਨਹੀਂ ਜਿਹੋ ਜਿਹਾ ਕੁਛ ਸਾਨੂੰ ਸੁਝਦਾ ਜਾਂ ਜਿਸ ਤਰ੍ਹਾਂ ਸੁਣਦਿਆਂ ਲੋਕਾਂ 'ਚ ਉਹ ਜਿਹਾ ਤੁਹਾਨੂੰ ਦੱਸੀ ਜਾਂਦੇ ਹਾਂ ਹੁਣ ਮੈਂ ਸਾਡੇ ਮਹਾਨ ਵੀਰ ਅਨਿਲ ਮਿੱਤਲ ਜੀ ਨੂੰ ਬੇਨਤੀ ਕਰਦਾ ਉਹ ਵੀ ਆਪਣੇ ਦਿਲ ਦੇ ਵਿੱਚੋਂ ਤੁਹਾਨੂੰ ਕੁਝ ਦੱਸਣਗੇ